ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਨੇ ਜਤਿਨ ਰਾਣਾ ਗੜਸ਼ੰਕਰ ਤੋਂ, ਤੇ ਨਾਲ ਨੇ ਸਾਰੇ ਡਾਕਟਰ ਸਾਹਿਬ। ਤੇ ਤੁਸੀਂ ਕਾਫੀ ਵੀਡੀਓ 'ਚ ਡਾਕਟਰ ਸਾਹਿਬ ਨੂੰ ਦੇਖਿਆ ਹੋਊਗਾ ਪਹਿਲਾਂ ਵੀ, ਤੇ ਬਹੁਤ ਪੁਰਾਣੇ ਜਾਣਕਾਰ ਨੇ ਸਰ, 3-4 ਸਾਲ ਤੋਂ ਜਾਣਦੇ ਸਨ, ਇੰਨਾ ਟਾਈਮ ਹੋ ਗਿਆ ਜੀ। ਤੇ ਅੱਜ ਵੀਜ਼ਾ ਲੈਣ ਆਏ ਸੀ ਜਤਿਨ ਦਾ, ਤੇ ਮੁਬਾਰਕਾਂ ਜਤਿਨ, ਕਿਵੇਂ ਦਾ ਐਕਸਪੀਰੀਅੰਸ ਰਿਹਾ ਜੀ ਸਾਡੇ ਨਾਲ? ਸਰ ਬਹੁਤ ਹੀ ਐਕਸਪੀਰੀਅੰਸ ਰਿਹਾ, ਲਾਈਕ ਮੈਨੂੰ ਕੋਈ ਵੀ ਦਿੱਕਤ ਇੰਨੀ ਨਹੀਂ ਆਈ, ਜਿੰਨਾ ਪਰੇਸ਼ਾਨੀ ਹੁੰਦੀ ਹੈ ਮਤਲਬ ਡਾਕੂਮੈਂਟਸ ਵਗੈਰਾ ਕਲੀਅਰ ਕਰਨ ਦੀ, ਬਹੁਤ ਹੀ ਗਾਈਡ ਕੀਤਾ ਮੈਨੂੰ ਸਰ ਨੇ, ਤੇ ਮਤਲਬ ਤਕਰੀਬਨ ਸਾਰਾ ਟਰਾਂਸਪੇਰੈਂਟ ਸੀਗਾ। ਕਿੰਨੇ ਕਿਲੋਮੀਟਰ ਹੈ ਗੜਸ਼ੰਕਰ? ਇਹ ਜੀ ਤਕਰੀਬਨ ਮਤਲਬ 3.5 ਘੰਟੇ ਲੱਗਦੇ ਨੇ। 3.5 ਘੰਟੇ ਲੱਗਦੇ ਹਨ। ਕੋਈ ਕਦੇ ਗੇੜਾ ਮਾਰਿਆ? ਨਹੀਂ ਜੀ ਨਹੀਂ। ਕਦੋਂ ਆਏ ਹੋ ਤੁਸੀਂ ਦਫ਼ਤਰ? ਸਾਡੇ ਵਾਰੀ ਸਿਰਫ ਸਰ ਪਾਸਵਰਡ ਦੇਣ ਆਇਆ ਸੀਗਾ ਮੈਂ, ਤੇ ਲੈਣਾ ਲੈਣਾ ਹੈ। ਠੀਕ ਹੈ, ਕਿਹੜੇ ਕਾਲਜ ਆ ਰਹੇ ਹੋ? ਮੈਂ ਸਰ ਸੀ। ਤੇ ਤੁਸੀਂ CNA ਦਾ ਆਪਦੇ ਏਰੀਏ ਚ ਵੀ ਅਪਲਾਈ ਕੀਤਾ ਸੀਗਾ, ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਸੀਗਾ। ਕਿੰਨੇ ਮਹੀਨੇ ਤੁਹਾਨੂੰ ਆਫਰ ਲੈਟਰ ਦੀ ਵੇਟ ਕਰਨੀ ਪਈ ਇਸ ਕਾਲਜ? ਤਕਰੀਬਨ 3-4 ਮਹੀਨੇ ਹੋ ਗਏ, ਮਤਲਬ 1 ਇੰਟੇਕ ਦਾ ਤਕਰੀਬਨ ਐਂਡ ਹੋ ਗਿਆ। ਪਹਿਲਾ ਜਿਹੜਾ ਉਹ ਪਹਿਲਾ ਵਾਲਾ ਆਫਰ ਹੈ ਨਾ, ਤੇ ਆ ਗਿਆ ਸੀ ਆਫਰ ਜਾਂ ਨਹੀਂ ਆਇਆ ਸੀ? ਫਿਰ ਵੀ ਨਹੀਂ ਆਇਆ, ਤੇ ਸਾਡੇ ਕੋਲੇ ਕਿੰਨੇ ਟਾਈਮ ਚ ਆ ਗਿਆ ਸੀ ਆਫਰ? ਤਕਰੀਬਨ 1 ਮਹੀਨਾ ਵੀ ਪੂਰਾ ਨਹੀਂ ਸੀਗਾ, 28 ਦਿਨ ਜਾਂ 29 ਦਿਨ। ਕੀ ਫਰਕ ਲੱਗਿਆ ਤੁਹਾਨੂੰ? ਕਿ ਉਹਨਾਂ ਕੋਲੇ ਹੈ ਸੀ ਕਾਲਜ ਜਾਂ ਉਹਨਾਂ ਨੇ ਲਾਰੇ ਲਾ ਕੇ ਰੱਖਿਆ ਤੁਹਾਨੂੰ? ਲਾਰੇ ਲੱਗ ਰਹੇ ਸੀ ਜੀ ਸਾਨੂੰ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕੁਝ ਸਟੂਡੈਂਟ ਦੀ ਕੁਐਰੀ ਸਾਡੇ ਕੋਲੇ ਆਉਂਦੀ ਹੈ ਹਮੇਸ਼ਾ, ਮੈਂ ਜਤਿਨ ਨੂੰ ਇਸੇ ਕਰਕੇ ਪੁੱਛਿਆ ਕਿ ਬੱਚਾ CNA ਕਾਲਜ ਅਪਲਾਈ ਕਰਦਾ ਹੈ ਆਪਦੇ ਏਰੀਏ ਦੇ ਏਜੰਟਸ ਤੋਂ, ਬਟ ਉਹਨਾਂ ਕੋਲੇ ਇਹ ਕਾਲਜ ਐਕਸਕਲੂਸਿਵ ਨਹੀਂ ਹੈ, ਤਾਂ ਇਸ ਕਰਕੇ ਉਹਨਾਂ ਨੂੰ 3-4 ਮਹੀਨੇ ਆਫਰ ਲੈਟਰ ਦੇ ਵਿੱਚ ਸਮਾਂ ਲੱਗ ਜਾਂਦਾ ਹੈ ਲਿਆਉਣ 'ਚ। ਫਿਰ ਵੀ ਬੱਚਾ ਵੇਟ ਕਰਨ ਤੋਂ ਬਾਅਦ ਜਦੋਂ ਉਹਨੂੰ ਟਾਈਮ ਵੇਸਟ ਉਹਦਾ ਹੋ ਰਿਹਾ ਹੁੰਦਾ, ਤਾਂ ਏਜੰਟ ਕੀ ਕਰਦਾ ਕਿ ਉਹਨੂੰ ਅਦਰ ਕਾਲਜ ਦੀ ਆਪਸ਼ਨ ਦੇ ਕੇ ਤੇ ਉਹਨੂੰ ਉੱਥੇ ਭੇਜ ਦਿੰਦਾ, ਬਟ ਬੱਚਾ ਕਿੱਥੇ ਜਾਣਾ ਚਾਹੁੰਦਾ? CNA ਕਾਲਜ ਦੇ ਵਿੱਚ। ਤਾਂ ਜਿਹੜਾ ਵੀ ਬੱਚਾ ਜੋ ਵੀ ਸਟੂਡੈਂਟ CNA ਲਈ ਅਪਲਾਈ ਕਰਨਾ ਚਾਹੁੰਦਾ, ਤਾਂ ਇੱਕ ਵਾਰ ਸੀਨੀਅਰ ਦੀ ਟੀਮ ਨੂੰ ਆ ਕੇ ਮਿਲੋ, ਕਿਉਂਕਿ CNA ਜਿਹੜਾ ਕਾਲਜ ਹੈ ਉਹ ਸਾਡੇ ਕੋਲ ਐਕਸਕਲੂਸਿਵ ਕਾਲਜ ਹੈ। ਤਾਂ ਅਸੀਂ ਸਾਰੇ ਬੱਚਿਆਂ ਨੂੰ ਇਹੀ ਕਹਿੰਦੇ ਹਾਂ ਕਿ ਜ਼ਿਆਦਾ ਸਮਾਂ ਨਾ ਬਰਬਾਦ ਕਰੋ, ਇੱਕ ਵਾਰ ਸੀਨੀਅਰ ਦੀ ਟੀਮ ਨੂੰ ਕਾਲ ਕਰੋ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਾਡੇ ਬਾਰੇ? ਤੁਹਾਡੇ ਬਾਰੇ ਕਹਿਣ ਦੀ ਤਾਂ ਲੋੜ ਹੀ ਹੈ ਜੀ। ਠੀਕ ਹੈ ਜੀ। ਕਿ ਤੁਹਾਡਾ ਜਿਹੜਾ ਸਾਡਾ ਪਿਆਰ ਹੈ ਉਹ 4 ਸਾਲ ਤੋਂ ਜੀ। ਹਾਂਜੀ। ਤੇ ਸਾਡਾ ਚੌਥਾ ਬੱਚਾ ਜੀ। ਠੀਕ ਹੈ ਜੀ। ਪਹਿਲਾਂ ਮੇਰੇ ਫਰੈਂਡ ਦੀ ਬੇਟੀ ਦੀ। ਹਾਂਜੀ ਹਾਂਜੀ। ਮੇਰੀ ਨੂੰਹ ਭੇਜੀ ਤੁਸੀਂ ਜੀ। ਹਾਂਜੀ। ਫਿਰ ਮੇਰਾ ਬੇਟਾ ਭੇਜਿਆ ਜੀ। ਹਾਂਜੀ। ਫਿਰ 5 ਮਾਜੀ, ਫਿਰ ਉਹਦੇ ਬਾਅਦ ਮੇਰੇ ਸਾਲੇ ਦਾ ਬੇਟਾ ਗਿਆ, ਬੇਟਾ ਗਿਆ। ਹਾਂਜੀ। ਹੁਣ ਮੇਰਾ ਭਾਣਜਾ ਗਿਆ ਜੀ। ਹਾਂਜੀ। 5ਵਾਂ ਬੱਚਾ ਜੀ। ਠੀਕ ਹੈ ਜੀ। ਵੀ ਅਸੀਂ ਤਕਰੀਬਨ ਪਾਸਪੋਰਟ ਲੈਣ ਆਏ ਜੀ। ਹਾਂਜੀ ਹਾਂ। ਦੇਖਦਾ ਹੋਰ ਸਾਡਾ ਗੇੜੇ ਨੂੰ ਬੱਚਾ। ਜਦੋਂ ਵੀ ਕੰਮ ਹੋਇਆ ਫੋਨ ਤੇ ਹੋਇਆ ਜੀ। ਫੋਨ ਤੇ WhatsApp ਤੇ ਸਾਡੇ ਜੋ ਤੁਹਾਨੂੰ ਡਾਕੂਮੈਂਟ ਭੇਜ ਦਿੰਦੇ ਆਪਾਂ। ਹਾਂਜੀ। ਜਾਣ ਨੂੰ ਆਇਆ। ਤੇ ਕਦੇ ਮਹਿਸੂਸ ਹੋਇਆ ਜੀ ਇੱਥੇ ਕੀ ਕਿਤੇ ਵੇਕ ਨਾ ਹੋ ਜਾਏ, ਕੁਛ ਐਵੇਂ ਦਾ ਹੋ ਜਾਏ ਸਾਡੇ ਨਾਲ? ਤੁਸੀਂ ਵੀ ਕਰਦੇ ਤਾਂ ਅਸੀਂ ਕਿਦਾਂ ਕਰੀਏ? ਠੀਕ ਹੈ ਜੀ। ਤੁਹਾਡਾ ਸਾਡੇ ਤੇ ਭਰਪੂਰ ਵਿਸ਼ਵਾਸ ਹੈ। ਠੀਕ ਹੈ ਜੀ। ਤੇ ਸਾਨੂੰ ਵੀ ਵਿਸ਼ਵਾਸ, ਪਹਿਲਾਂ ਸਾਨੂੰ ਫਿਰ ਤੁਹਾਨੂੰ ਹੈ ਜੀ। ਠੀਕ ਹੈ ਜੀ। ਭਰਾ ਵਾਲਾ ਪਿਆਰ ਮਿਲੇ। ਥੈਂਕ ਯੂ ਸੋ ਮਚ। ਜਿੱਦਾਂ ਆਪਾਂ ਨੇ ਵੀ ਪਰਿਵਾਰ 'ਚ ਆ ਗਏ ਆਪਾਂ। ਥੈਂਕ ਯੂ ਸੋ ਮਚ। ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਮਿਲ ਚੱਲੇ, ਉਦਾਂ ਪਟਿਆਲੇ ਆਉਂਦੇ ਘੁੰਮਣ ਫਿਰ। ਥੈਂਕ ਯੂ। ਵੈਸੇ ਸਾਨੂੰ ਕੋਈ ਦਿੱਕਤ ਨਹੀਂ। ਥੈਂਕ ਯੂ ਸੋ ਮਚ। ਜੇ ਦਿੱਕਤ ਨਹੀਂ ਹੋਈ ਤਾਂ ਜੀ ਸਾਡਾ 5ਵਾਂ ਬੱਚਾ ਜੀ। ਠੀਕ ਹੈ। ਹੋਰ ਗੜਸ਼ਿਆਂ ਤੋਂ ਤੁਹਾਡਾ ਵਿਸ਼ਵਾਸ ਹੈ ਜੀ, ਇਹ ਤੁਹਾਡੇ ਵਿਸ਼ਵਾਸ ਕਰਕੇ ਸਭ ਕੁਝ ਹੋ ਰਿਹਾ। 5 ਬੱਚੇ, 1 ਬੱਚਾ ਹੋਰ ਭੇਜੇ ਜੀ ਆਪਾਂ ਬੈਂਕ ਮੈਨੇਜਰ ਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਪਿਆਰ ਦਿੰਦੇ ਸਾਨੂੰ ਜੀ। ਥੈਂਕ ਯੂ ਜੀ। ਥੈਂਕ ਯੂ।